ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਤਾਂ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਜੀ ਸੋ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਇੰਪੋਰਟੈਂਟ ਟਾਪਿਕ ਕਰੰਟ ਅਫੇਅਰ ਦਾ ਕਾਮਨਵੈਲਥ ਗੇਮਸ ਜਿਹੜੇ ਕਿ 2022 ਦੇ ਵਿੱਚ ਆ ਹੁਣੇ ਹਾਲ ਫਿਲਹਾਲ ਦੇ ਵਿੱਚ ਹੋ ਕੇ ਛੱਡੀਆਂ ਨੇ ਠੀਕ ਹੈ ਜੀ ਸੋ ਉਹ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਸੋ ਕਿਸ ਦੇਸ਼ ਨੇ ਕਿੰਨੇ ਮੈਡਲ ਇਸ ਦੇ ਵਿੱਚ ਜਿੱਤੇ ਨੇ ਤੇ ਭਾਰਤ ਇਸ ਦੇ ਵਿੱਚ ਕਿਰਿਆ ਕਰਈਏ ਤੇ ਆਲਮੋਸਟ ਦੇਖਿਓ ਰਾਜੀ ਸੋ ਪੰਜਾਬ ਦੇ ਆਪਣੇ ਜਿੰਨੇ ਵੀ ਐਗਜ਼ਾਮ ਹੋਣਗੇ ਅੱ ਉਹਨਾਂ ਦੇ ਵਿੱਚ ਤੁਹਾਨੂੰ ਇਹ ਜੋ ਕੁਐਸਚਨ ਦੇਖਣ ਨੂੰ ਮਿਲਣਗੇ ਠੀਕ ਹੈ ਤੇ ਆਪਾਂ ਸਾਰੇ ਡਿਸਕਸ ਕਰਾਂਗੇ ਨਾਲ ਹੀ ਸੋ 2022 ਦਾ ਆਪਾਂ ਡਿਸਕਸ ਕਰਾਂਗੇ ਕਰਾਂਗੇ ਨਾਲ ਹੀ ਜਿਵੇਂ ਸ਼ੁਰੂ ਦੇ ਵਿੱਚ ਜਿਹੜੇ ਕੌਮਨ ਵੈਲਥ ਖੇਡਾਂ ਨੇ ਸੋ ਪਹਿਲੇ ਕਿਹੜੇ ਦੇਸ਼ ਦੇ ਵਿੱਚ ਹੋਈਆਂ ਸੀ ਪਹਿਲਾਂ ਠੀਕ ਹੈ ਉਹ ਪਿਛਲੇ ਵੀ ਆਪਾਂ ਡਿਸਕਸ ਕਰਾਂਗੇ ਕਿਉਂਕਿ ਉਹ ਵੀ ਜੀਕੇ ਬਣਗੀ ਇੱਕ ਤੌਰ ਦੇ ਤੇ ਨਾਲ ਹੁਣ ਜਿਹੜੀ ਹੋਣਾ ਹੋਈ ਹੈ ਉਹ ਆਪਾਂ ਕਰੰਟ ਦੇ ਤੌਰ ਤੇ ਕਰਾਂਗੇ ਡਿਸਕਸ ਠੀਕ ਹੈ ਜੀ ਸੋ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੋਈ ਕੁਐਸਚਨ ਤੁਹਾਨੂੰ ਇਸ ਤੋਂ ਬਾਹਰ ਨਹੀਂ ਮਿਲੂਗਾ ਬਸ ਵੀਡੀਓ ਨੂੰ ਧਿਆਨ ਨਾਲ ਦੇਖਦੇ ਜਾਇਰਾ ਜੀ ਤੇ ਸਾਰੇ ਕੁਐਸਚਨ ਤਾਂ ਸੋ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਤਾਂ ਹਾਂ ਜੀ ਰਾਜੇ ਆਪਾਂ ਵੀਡੀਓ ਸਟਾਰਟ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਜਿਹੜੀ ਰਸ਼ਟ ਮੰਡਲ ਖੇਡਾਂ ਸੀ राजे ਠੀਕ ਹੈ ਜੀ ਉਹ ਆਪਾਂ ਪਿਛਲੇ ਟਾਈਮ ਦੀ ਗੱਲ ਕਰਦੇ ਆਂ ਵੀ ਰਸ਼ਟ ਮੰਡਲ ਖੇਡਾਂ ਸੀ ਜਿਹੜੀਆਂ ਕਿਹੜੇ ਦੇਸ਼ ਵਿੱਚ ਹੋਈਆਂ ਸੀ ਪਹਿਲੀ ਵਾਰ ਠੀਕ ਹੈ ਜੀ ਕਿੰਨੇ ਸਾਲ ਦੇ ਵਿੱਚ ਹੋਈਆਂ ਸੀ ਕਿਹੜੇ ਖੇੜੇ ਰਣਜਿਤੀਆਂ ਸੀ ਸੋ ਇਸ ਤਰ੍ਹਾਂ ਦੀ ਕੁਸ਼ ਜਿਹੜੀ ਪਿਛਲੀ ਜੀ ਕੇ ਆਪਾਂ ਉਹ ਪਹਿਲਾਂ ਡਿਸਕਸ ਕਰ ਲੈਨੇ ਆ ਤੇ 2022 ਵਾਲੀ ਆਪਾਂ ਕੁਝ ਕੁਐਸਚਨ ਬਾਅਦ ਚ ਦੇਖਾਂਗੇ ਐਮ ਐਸ ਕਿਊ ਦੇ ਵਿੱਚ ਠੀਕ ਹੈ ਸੋ ਵੀਡੀਓ ਦੇ ਬਣੇ ਰਹੇ ਹੋ ਉੱਪਰ ਅੰਤ ਤੱਕ ਤੇ ਫਰਸਟ ਪਹਿਲੀ ਵਾਰ ਰਾਸ਼ਟਰੀ ਮੁੰਡਰ ਖੇਡਾਂ ਕਿਸ ਦੇਸ਼ ਦੇ ਵਿੱਚ ਕਰਵਾਈਆਂ ਗਈਆਂ ਸਨ ਰਾਸ਼ਟਰੀ ਮੁੰਡਰ ਖੇਡਾਂ ਨੂੰ ਆਪਾਂ ਕੌਨ ਵੈਲਥ ਗੇਮਸ ਕਹ ਦਿੰਨੇ ਆ ਠੀਕ ਹੈ ਜੀ ਤਾਂ ਇਹ ਕਰਵਾਈ ਗਈ ਸੀ ਕੈਨੇਡਾ ਦੇ ਵਿੱਚ ਪਹਿਲੀ ਵਾਰ ਠੀਕ ਹੈ ਇਹ ਕੁਐਸਚਨ ਵੈਸੀ ਚੀਜ਼ੇ ਦੇ ਤੌਰ ਤੇ ਬਣ ਜਾਂਦਾ ਹੈ ਤਾਂ ਤੁਹਾਨੂੰ ਆਪਾਂ ਡਿਸਕਸ ਕਰਾਂਗੇ ਸਾਰੇ ਹੀ ਦੇਖੋ ਕੈਨੇਡਾ ਦੇ ਵਿੱਚ ਪਹਿਲੀ ਵਾਰ ਰਾਸ਼ਟਰੀ ਮੁੰਡਰ ਖੇਡਾਂ ਕਦੋਂ ਕਰਵਾਈਆਂ ਗਈਆਂ ਸੀ ਜੇਕਰ ਸਨ ਪੁੱਛ ਲਿਆ ਜਾਵੇ ਤਾਂ ਸਾਲ 2030 ਦੇ ਵਿੱਚ ਠੀਕ ਹੈ ਤਾਂ ਦੋਨੋਂ ਯਾਦ ਰੱਖਿਓ ਦੋਨੋਂ ਵਿੱਚ ਕੋਈ ਪੁੱਛਿਆ ਜਾ ਸਕਦਾ ਹੈ ਤਾਂ ਇੰਪੋਰਟੈਂਟ ਨੇ ਦੋਨੋਂ ਹੀ ਨੈਕਸਟ ਆਪਾਂ ਟਸਕਸ ਕਰਦੇ ਆਂ ਦੇਖੋ ਭਾਰਤ ਨੇ ਰਾਸ਼ਟਰੀ ਖੇਡਾਂ ਦੇ ਵਿੱਚ ਕਦੇ ਹਿੱਸਾ ਨਹੀਂ ਲਿਆ ਸੀ ਠੀਕ ਹੈ ਤਾਂ ਇਹ ਸਾਨੂੰ ਦਿੱਤੇ ਹੋਏ ਨੇ ਰਾਜੀ ਕਿਹੜੇ ਕਿਹੜੇ ਸਾਲ ਨੇ ਦੇਖੋ 1930 1950 1962 ਤੇ 1986 ਦੇ ਵਿੱਚ ਇਹ ਭਾਗ ਨਹੀਂ ਲਿਆ ਸੀ ਠੀਕ ਹੈ ਜੀ 1930 1950 1962 ਤੇ 1986 ਦੇ ਵਿੱਚ ਠੀਕ ਹੈ ਸੋ ਇਹਨਾਂ ਯਾਦ ਰੱਖਿਓ ਜੀ ਕਮਨ ਵੈਲਟ ਗੇਮਸ ਦੇ ਵਿੱਚ ਭਾਰਤ ਨੇ ਪਾਰਟਿਸਪੇਟ ਜੋ ਨਹੀਂ ਕੀਤਾ ਸੀ ਇਸ ਦੇ ਵਿੱਚ ਠੀਕ ਹੈ ਚਾਰ ਵਾਰੀ ਕਈ ਵਾਰ ਆਪਸ਼ਨਸ ਵੀ ਬਣਾ ਕੇ ਦੇ ਦੇਣਾ ਤਾਂ ਤੋਂ ਵੀ ਤੁਸੀਂ ਯਾਦ ਰੱਖਿਓ ਰਹਿ ਜੀ ਚਾਰਾਂ ਨੂੰ ਠੀਕ ਹੈ ਰਾਸ਼ਟਰੀ ਖੇਡਾਂ ਦੇ ਵਿੱਚ ਸਰਵੋਤਮ ਖਿਡਿਆਰੀ ਜਾਂ ਅਥਲੀਟ ਆਪਾਂ ਕਹਿੰਦੇ ਆ ਨੂੰ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਆਪਾਂ ਨੂੰ ਪਤਾ ਹੀ ਹੈ ਰਾਸ਼ਟਰੀ ਖੇਡਾਂ ਦੇ ਵਿੱਚ ਜੋ ਸਰਵੋਤਮ ਖਿਡਿਆਰੀ ਹੁੰਦਾ ਜਾਂ ਅਥਲੀਟ ਹੈ ਉਸ ਨੂੰ ਪੁਰਸਕਾਰ ਦਿੱਤਾ ਜਾਂਦਾ ਹੈ ਡੇਵਿਡ ਡਿਕਸਨ ਦਾ ਠੀਕ ਹੈ ਡੇਵਿਡ ਡਿਕਸਨ ਦਾ ਅਵਾਰਡ ਹੈ ਜਿਸ ਵਿੱਚ ਦਿੱਤਾ ਜਾਂਦਾ ਰਾਸ਼ਟਰੀ ਖੇਡਾਂ ਦੇ ਵਿੱਚ ਸੋ ਯਾਦ ਰੱਖਿਓ ਇਹ ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੇਖੋ ਪਹਿਲੀ ਵਾਰ ਡੇਵਿਡ ਡਿਕਸਨ ਅਵਾਰਡ ਹੱਕੋ ਦਿੱਤਾ ਗਿਆ ਕਿਉਂਕਿ ਆਪ ਨੂੰ ਪਤਾ ਪੜ ਲਿਆ ਉੱਪਰ ਆਪਾਂ ਨੇ ਠੀਕ ਹੈ ਜੀ ਇਹ ਜੋ ਵੈਸਟ ਐਥਲੀਟ ਨੂੰ ਦਿੱਤਾ ਜਾਂਦਾ ਰਸ਼ਮਨਰ ਖੇਡਾਂ ਦੇ ਵਿੱਚ ਤਾਂ ਇਹ ਸੋ ਪਹਿਲੀ ਵਾਰ ਦਿੱਤਾ ਗਿਆ ਸੀ 2002 ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਰਸ਼ਮਨਰ ਖੇਡਾਂ ਕਿੰਨੇ ਸਾਲ ਦੇ ਅੰਤਰਾਲ ਦੇ ਵਿੱਚ ਅਯੋਜਿਤ ਕੀਤੀ ਜਾਂਦੀਆਂ ਨੇ ਬਿਲਕੁਲ ਰਾਜੀ 4 ਸਾਲ ਦੇ ਅੰਤਰਾਲ ਦੇ ਵਿੱਚ ਕੀਤੀ ਜਾਂਦੀਆਂ ਨੇ 4-4 ਸਾਲ ਦੇ ਫਰਕ ਦੇ ਨਾਲ ਹੀ ਜੋ ਖੇਡਾਂ ਇਹ ਸ਼ੁਰੂ ਕੀਤੀਆਂ ਗਈਆਂ ਸੀ ਠੀਕ ਹੈ ਪਹਿਲੀ ਵਾਰ 1930 ਦੇ ਵਿੱਚ ਹੋਈ ਸੀ ਕੈਨੇਡਾ ਦੇ ਵਿੱਚ ਤੇ ਉਸ ਤੋਂ ਬਾਅਦ ਹੀ ਚਾਰ ਚਾ ਸਾਲ ਦੇ ਅੰਤਰਾਲ ਵਿੱਚ ਹੋ ਰਹੀਆਂ ਨੇ ਤਾਂ ਯਾਦ ਰੱਖਿਓ ਰਾਜੀ ਇਹਨਾਂ ਨੂੰ ਠੀਕ ਹੈ ਇੱਥੋਂ ਵੀ ਬਹੁਤ ਹੀ ਇੰਪੋਰਟ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੇਖੋ ਰਾਸ਼ਟਰੀ ਮਿੰਡਲ ਖੇਡਾਂ ਦਾ ਮੁੱਖ ਦਫ਼ਤਰ ਕਿੱਥੇ ਹੈ ਜੀ ਇਹ ਪੁੱਛ ਲੈਂਦੇ ਨੇ ਰਾਸ਼ਟਰੀ ਮਿੰਡਲ ਖੇਡਾਂ ਦਾ ਜੋ ਹੈੱਡਕੁਆਟਰ ਹੈ ਸੋ ਇਹਨਾਂ ਦਾ ਮੁੱਖ ਦਫ਼ਤਰ ਜਿਹੜਾ ਉਹ ਲੰਡਨ ਦੇ ਵਿੱਚ ਹੈ ਠੀਕ ਹੈ ਜੀ ਸੋ ਇਸ ਨੂੰ ਯਾਦ ਰੱਖਿਓ ਲੰਡਨ ਦੇ ਵਿੱਚ ਇਹਨਾਂ ਦਾ ਹੈੱਡਕੁਆਟਰ ਹੈ ਮੁੱਖ ਦਫ਼ਤਰ ਭਾਰਤ ਨੇ ਰਾਸ਼ਟਰੀ ਮਿੰਡਲ ਖੇਡਾਂ ਦੇ ਵਿੱਚ ਕਦੋਂ ਭਾਗ ਲਿਆ ਸੀ ਇੱਥੋਂ ਵੀ ਕੁਐਸਚਨ ਪੁਆਇੰਟ ਬਣ ਜਾਂਦਾ ਦੇਖੋ ਠੀਕ ਹੈ ਸਟਾਰਟ ਤੋਂ ਦੇਖੋ ਪਹਿਲੀ ਵਾਰ 1930 ਦੇ ਵਿੱਚ ਹੋਗੀਆਂ ਸੀ ਕੈਨੇਡਾ ਦੇ ਵਿੱਚ ਹੋਗੀਆਂ ਸੀ ਲੇਕਿਨ ਭਾਰਤ ਨੇ ਪਾਰਟਿਸਿਪੇਟ ਕਦੋਂ ਕੀਤਾ ਸੀ ਦੇਖੋ ਸ ਤਾ 파ਰਥ ਨੇ ਪਾਕਲੇ ਅਸਿਰਾ ਚ 1934 ਦੇ ਵਿੱਚ ਠੀਕ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰੀ ਰਿਪੀਟ ਹੋਇਆ ਕੁਐਸਚਨ ਹੈ ਠੀਕ ਹੈ ਕਿਉਂਕਿ ਆਪਾਂ 1930 ਵਾਲਾ ਯਾਦ ਰੱਖ ਲੈਣੇ ਆ ਤਾਂ ਤੋਂ ਸਟਾਰਟ ਹੋਈਆਂ ਸੀ ਤਾਂ 파ਰਥ ਨੇ ਜੋ ਪਾਰਟਿਸਿਪੇਟ ਕੀਤਾ ਸੀ ਸਾਲਿਆ ਸੀ 1934 ਦੇ ਵਿੱਚ ਨੈਕਸਟ ਆ ਆਪਣੇ ਕੋਲ ਕੁਐਸਚਨ ਦੇਖੋ ਡੈਵਿਡ ਡਿਕਸਨ ਅਵਾਰਡ ਜਿੱਤਣ ਵਾਲਾ ਪਹਿਲਾ ਥਲੀਟ ਕੌਣ ਸੀ ਇਹ ਵੀ ਪੁੱਛ ਲੰਦ ਰਹੇ ਕਈ ਵਾਰ ਕਿਉਂ ਆਪਾਂ ਕੋਈ ਹਾਈ ਲੈਵਲ ਦਾ ਐਗਜ਼ਾਮ ਦੇਣਾ ਹੋਵੇ ਆਪਾਂ ਨੇ ਰਾਜੀ ਠੀਕ ਹੈ ਸਬ ਇੰਸਪੈਕਟਰ ਦਾ ਇਗਜ਼ਾਮ ਨੇ ਹੈਡ ਕਨਸਟੇਬਲ ਦੀ ਠੀਕ ਹੈ ਕੁਝ ਤਰ੍ਹਾਂ ਜੀਕੇ ਦੇ ਬਹੁਤ ਜ਼ਿਆਦਾ ਟਫ ਕੁਸ਼ਚਨ ਆ ਜਾਂਦੇ ਨੇ ਇਸ ਤਰ੍ਹਾਂ ਦੇ ਠੀਕ ਹੈ ਜੋ ਕਿ ਆਪਣੇ ਪਹੁੰਚ ਤੋਂ ਬਾਹਰ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਪੁੱਛਿਆ ਜਾ ਸਕਦਾ ਕੁਸ਼ਚਨ ਹੈ ਨੈਟਲੀ ਟੂ ਨੈਟਲੀ ਡੂ ਟਾਇਟ ਠੀਕ ਹੈ ਸੋ ਜੋ ਕਿ ਦੱਖਣੀ ਅਫਰੀਕਾ ਦੇ ਵਿੱਚ ਸੀ ਖਿਡਾਰੀ ਸੀ ਜਿਹੜੇ ਠੀਕ ਹੈ ਐਥਲੀਟ ਨੇ ਰਜੀ ਨੈਟਲੀ ਡੂ ਟਾਇਟ ਸੋ ਇਹਨਾਂ ਨੂੰ ਡੈਵਿਡ ਡਿਕਸਨ ਅਵਾਰਡ ਨਾਲ ਪਹਿਲਾ ਐਥਲੀਟ ਨਾ ਸਮਾਨਿਆ ਗਿਆ ਸੀ ਇਹਨਾਂ ਨੂੰ ਠੀਕ ਹੈ ਨੈਟਲੀ ਟੂ ਡਾਇਟ ਸੋ ਯਾਦ ਰੱਖਿਓ ਇਹ ਨੈਕਸਟ ਕੁਸ਼ਚਨ ਅਰਸ਼ਟ ਮੰਡਲ ਖੇਡਾਂ ਦੇ ਵਿੱਚ ਪਾਗ ਲੈਣ ਵਾਲੀਆਂ ਪਹਿਲੀ ਭਾਰਤੀ ਔਰਤਾਂ ਕੌਣ ਸਨ ਸਿਰਫ ਇਹਨਾਂ ਨੇ ਨਾਮ ਹੀ ਪੁੱਛਿਆ ਰਾਜੀ ਠੀਕ ਹੈ ਜੀ ਪੈਸੇ ਨਾਮ ਨੇ ਔਖੇ ਨੇ ਜਦ ਤੂੰ ਕੀ ਕਹਿੰਦਾ ਪੇਪਰ ਦੇ ਪੁਆਇੰਟ ਆਫ 뷰 ਨੂੰ ਲੈ ਕੇ ਤੂੰ ਯਾਦ ਰੱਖ ਸਕਦੇ ਹੋ ਠੀਕ ਹੈ ਸਟੈਫਨੀ ਡਿਸੂਜਾ ਤੇ ਐਲਿਜ਼ਾਬੈਥ ਡੈਵਨਪੋਰਟ ਠੀਕ ਹੈ ਸਾਲ 1958 ਦੇ ਵਿੱਚ ਨਹੀਂ ਸਾਲ 83 ਸਿਰਫ ਇਹ ਸਹੀ ਪੁੱਛਿਆ ਗਿਆ ਰਾਜੀ ਠੀਕ ਹੈ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਪਾਗ ਲੈਣ ਵਾਲੀਆਂ ਪਹਿਲੀ ਭਾਰਤੀ ਔਰਤਾਂ ਠੀਕ ਹੈ ਤੇ ਜਿਆਦਾ ਇੰਨਾ ਜਿਆਦਾ ਟਫ ਵੀ ਨਹੀਂ ਹੈ ਕਿਉਂਕਿ ਹਾਈ ਲੈਵਲ ਦੇ ਐਗਜ਼ਾਮ ਹੁੰਦੇ ਜਿਹੜੇ ਆਪਾਂ ਉਹਨਾਂ ਦੇ ਵਿੱਚ ਜ਼ਿਆਦਾ ਪੁੱਛਦੇ ਨੇ ਇਹ ਜਿਹੜੇ ਕੁਐਸਚਨ ਬਾਕੀ ਦੇ ਵਿੱਚ ਦਾ ਆਸਾਨ ਹੀ ਆਉਣੇ ਕੁਐਸਚਨ ਜਿਮੇ ਆਪਾਂ ਅੱਗੇ ਡਿਸਕਸ ਕਰਾਂਗੇ ਸਾਰੇ ਠੀਕ ਹੈ ਜੀ ਨੈਕਸਟ ਕੁਐਸਚਨ ਰਾਸ਼ਟਰੀ ਮਿੰਡਲ ਖੇਡਾਂ ਦੇ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ ਇਹ ਪੁੱਛਿਆ ਜਾ ਸਕਦਾ ਹੈ ਜੀ ਕਿਉਂਕਿ ਇਹ ਆਪਣੇ ਜੇਲ੍ਹ ਗਾਰਡਨ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਕਲਰਕ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਇਹ ਹੈ ਰਜੇ ਰਸ਼ੀਦ ਅਨਵਰ ਨੇ ਕਾਂਸੀ ਤਮਗਾ ਜਿੱਤਿਆ ਸੀ ਉਸ ਸਮੇਂ ਕੋਸ਼ਤੀ ਦੇ ਵਿੱਚ ਇੱਤਿਆ ਸੀ ਸੋ ਇਹ ਵੀ ਯਾਦ ਰੱਖਿਓ ਠੀਕ ਹੈ ਰਾਸ਼ਟਰੀ ਮਿੰਡਲ ਖੇਡਾਂ ਦੇ ਸੁਕਾਂਸੀ ਦਾ ਤੇ ਪਹਿਲਾ ਭਾਰਤੀ ਸੀ ਕਿਹੜਾ ਹਰਸ਼ ਰਸ਼ੀਦ ਅਨਵਰ ਸੋ ਇਸ ਦਾ ਨਾਮ ਜਰੂਰ ਯਾਦ ਰੱਖਿਓ ਇਹ ਬਹੁਤ ਹੀ ਇੰਪੋਰਟੈਂਟ ਕੁਸ਼ਚਨ ਹੈ ਇਹ ਰਿਪੀਟ ਹੋ ਸਕਦਾ ਹੈ ਠੀਕ ਹੈ ਨੈਕਸਟ ਕੁਸ਼ਚਨ ਭਾਰਤ ਦੇ ਵਿੱਚ ਰਸ਼ਟਮੰਡਰ ਖੇਡਾਂ ਦਾ ਆਯੋਜਨ ਕਦੋਂ ਹੋਇਆ ਸੀ ਭਾਰਤ ਦੇ ਵਿੱਚ ਪੁੱਛਿਆ ਗਿਆ ਦੇਖੋ ਹੁਣ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਵੀ ਹੋਇਆ ਹੋਣਾ ਰਸ਼ਟਮੰਡਰ ਖੇਡਾਂ ਦਾ ਆਯੋਜਨ ਤਾਂ ਪਹਿਲੀ ਵਾਰ ਜੋ ਹੋਇਆ ਸੀ ਰਾਜੀ ਸਾਲ 2010 ਦੇ ਵਿੱਚ ਠੀਕ ਹੈ ਤੇ ਆਈ ਹੋਪ ਤੁਹਾਨੂੰ ਰਾਜੀ ਸਾਰੇ ਕੁਸ਼ਚਨ ਜੋ ਸਮਝ ਲੱਗ ਰਹੇ ਹੋਣਗੇ ਠੀਕ ਹੈ ਤੇ ਇਹ ਪੇਪਰ ਦੇ ਵਿੱਚ ਪੁੱਛੇ ਜਾਣਗੇ ਰਾਜੀ ਇਸੇ ਤਰ੍ਹਾਂ ਦੇ ਹੀ ਤਾਂ ਯਾਦ ਰੱਖਣ ਇਹਨਾਂ ਨੂੰ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੇਖੋ 15ਵਾਂ ਕੁਐਸਚਨ ਆਪਣੇ ਕੋਲ ਰਾਸ਼ਟਰੀ ਮੁੰਡਰ ਖੇਡਾਂ ਦਾ ਕਿਹੜਾ ਐਡੀਸ਼ਨ ਸਾਲ 2010 ਦੇ ਵਿੱਚ ਭਾਰਤ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਇਹ ਮੈਂ 2010 ਦਾ ਕਿਉਂ ਪੁੱਛ ਰਿਹਾ ਜੀ ਕਿਉਂਕਿ ਪਹਿਲੀ ਵਾਰ ਹੋਇਆ ਸੀ ਇਸ ਸਮੇਂ ਭਾਰਤ ਦੇ ਵਿੱਚ ਆਪਣੇ ਠੀਕ ਹੈ ਤਾਂ 2010 ਦੇ ਵਿੱਚ ਐਡੀਸ਼ਨ ਜਿਹੜਾ 19ਵਾਂ ਐਡੀਸ਼ਨ ਸੀ ਠੀਕ ਹੈ ਤੇ ਹੁਣ 2022 ਦੇ ਵਿੱਚ ਹੋਇਆ ਜਿਹੜਾ ਠੀਕ ਹੈ ਇਹ ਯਾਦ ਰੱਖਣਾ ਬਿਲਕੁਲ ਆਸਾਨ ਹੈ ਕਿਉਂਕਿ 2022 ਦੇ ਵਿੱਚ 22ਵਾਂ ਐਡੀਸ਼ਨ ਸੀ ਇਸ ਦਾ ਠੀਕ ਹੈ ਜੀ ਤਾਂ ਇਹ ਯਾਦ ਰਹਿ ਜੁਗਾ ਰਜੇ ਸੋ ਬਿਲਕੁਲ ਆ ਸੋ ਓਨੀਮਾ ਹੋਇਆ ਸੀ राजे 2010 ਦੇ ਵਿੱਚ ਤੇ 2022 ਦੇ ਵਿੱਚ ਪਾਈ ਮੈਡੀਸ਼ਨ ਹੈ ਠੀਕ ਹੈ ਜਿਹੜੇ ਕਿ ਇੰਗਲੈਂਡ ਦੇ ਬਰਮਿੰਗਮ ਦੇ ਵਿੱਚ ਹੋਇਆ ਉਹ ਤੁਹਾਨੂੰ ਪਤਾ ਹੀ ਹੋਣਾ ਅੱਪਾ ਅੱਗੇ ਡਿਸਕਸ ਕਰਾਂਗੇ ਕੁਐਸਚਨ ਰਾਸ਼ਟ ਮੰਡਲ ਖੇਡਾਂ 2022 ਦੇ ਸੌਰੀ ਰਾਸ਼ਟ ਮੰਡਲ ਖੇਡਾਂ 1942 ਅਤੇ ਕਿਸ ਸਾਲ ਨਹੀਂ ਕਰਵਾਈ ਗਈਆਂ ਇਹ ਕਿਉਂ ਨਹੀਂ ਕਰਵਾਈ ਗਈ ਸੀ राजे ਕਿਉਂਕਿ ਉਸ ਸਮੇਂ ਸੈਕੰਡ ਵਰਲਡ ਵਾਰ ਚੋ ਹੋ ਗਿਆ ਸੀ ਠੀਕ ਹੈ ਉਹ ਉਸ ਕਰਕੇ ਕਰਵਾਈ ਨਹੀਂ ਗਈ ਸੀ ਵਿਕਤਾਂ 1942 ਤੇ 1946 ਦੇ ਵਿੱਚ ਇਹ ਇਹ 2 ਇਅਰ ਦੇ ਵਿੱਚ ਜੋ ਰਾਸ਼ਟਰੀ ਮੈਡਲ ਖੇਡਾਂ ਸੀ ਨਹੀਂ ਕਰਵਾਈਆਂ ਗਈਆਂ ਸੀ 1942 ਤੇ 1940 ਦੇ ਵਿੱਚ ਸੈਕੰਡ ਵਰਲਡ ਵਾਰ ਕਰਕੇ ਠੀਕ ਹੈ ਇਹ ਦੋਨੋਂ ਯਾਦ ਰੱਖਿਓ ਸੋ ਇੱਥੇ ਕੁਐਸਚਨ ਪੁੱਟ ਹੋ ਸਕਦਾ ਹੈ ਠੀਕ ਹੈ ਕੋਈ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਬਾਹਰ ਨਹੀਂ ਮਿਲੂਗਾ राजे ਸੋ ਇਸ ਦੇ ਵਿੱਚ ਹੀ ਆਉਣਗੇ ਸਾਰੇ ਕੁਐਸਚਨ ਦੇਖ ਲੈਣਾ ਰਾਸ਼ਟਰੀ ਮੈਡਲ ਖੇਡਾਂ ਦੇ ਵਿੱਚ 파ਰਤਲੀ ਮੈਡਲ ਜਿੱਤਣ ਵਾਲੀਆਂ ਪਹਿਲੀ ਔਰਤਾ ਕੌਣ ਸੀ ਇੱਥੇ ਆਪਾਂ ਨੂੰ ਪਾਗ ਲੈਣ ਵਾਲੀ ਸੀ ਉੱਪਰ ਇਹ ਜਿੱਤਣ ਵਾਲੀ ਔਰਤਾ ਪੁੱਛਿਆ ਗਿਆ ਇੱਥੇ राजे ਠੀਕ ਹੈ ਅਮੀਕੀਆ ਅਤੇ ਕਵਲ ਸਿੰਘ ਕਾਂਸੀਤਾ ਨੂੰ ਜਿੱਤਿਆ ਸੀ ਸਾਲ 1978 ਦੇ ਵਿੱਚ ਚਲੋ ਵੈਸੇ ਤਾਂ ਕੁਐਸਚਨ ਹਾਈ ਲੈਵਲ ਦੇ ਇਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਨੈਕਸਟ ਕੁਐਸਚਨ ਰਸ਼ਟ੍ਰ ਮੈਨਰ ਖੇਡਾਂ ਦੇ ਵਿੱਚ ਸੋਨ ਤਾਮਗ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ? ਸੋਨ ਤਾਮਗ ਜਿੱਤਣ ਵਾਲਾ ਪਹਿਲਾ ਭਾਰਤੀ ਕੌਨ ਵੈਲਥ ਗੇਮਸ ਦੇ ਵਿੱਚ ਮਿਲਖਾ ਸਿੰਘ ਨੇ ਰਾਜੀ ਸਾਲ 1958 ਦੇ ਵਿੱਚ ਭਾਗ ਲਿਆ ਸੀ ਇਹਨਾਂ ਨੇ ਠੀਕ ਹੈ। ਸਨ ਯਾਦ ਰੱਖਿਓ ਤੇ ਇਹ ਪਹਿਲੇ ਭਾਰਤੀ ਮਿਲਖਾ ਸਿੰਘ ਸੀ ਜਿਨ੍ਹਾਂ ਨੇ ਕਿ ਰਸ਼ਟ੍ਰ ਮੈਨਰ ਖੇਡਾਂ ਦੇ ਵਿੱਚ ਸੋਨ ਤਾਮਗ ਸੋਨੇ ਤਾਮਗ ਜਿੱਤੇ ਸੀ ਇਹਨਾਂ ਨੇ। 2010 ਦੇ ਵਿੱਚ ਰਸ਼ਟ੍ਰ ਮੈਨਰ ਖੇਡਾਂ ਦੇ ਵੇ ਪਾਰਦੇਕ ਕਿ ਸ਼ਹਿਰ ਦੇ ਵਿੱਚ ਹੋਈਆਂ ਸੀ। ਈ ਪੁੱਛ ਸਕਦੇ ਨੇ 2010 ਦੇ ਵਿੱਚ ਹੋਈ ਸੀ 19ਵਾਂ ਐਡੀਸ਼ਨ ਸੀ ਤੇ ਕਿੱਥੇ ਹੋਈ ਸੀ ਨਵੀਂ ਦਿੱਲੀ ਦੇ ਵਿੱਚ ਇੱਥੋਂ ਵੀ ਕੁਐਸਚਨ ਪੁੱਟ ਹੋਊਗਾ ਠੀਕ ਹੈ ਯਾਦ ਰੱਖਿਓ ਰਾਜੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਰਾਸ਼ਟਰੀ ਮਨਖੇਡਾ ਪਾਰ ਦੇ ਵਿੱਚ ਪਹਿਲੀ ਵਾਰ 2010 ਦੇ ਵਿੱਚ ਹੋਈ ਸੀ ਨਵੀਂ ਦਿੱਲੀ ਦੇ ਵਿੱਚ ਹੋਈਆਂ 19ਵਾਂ ਐਡੀਸ਼ਨ ਸੀ ਠੀਕ ਬਾਰ-ਬਾਰ ਰਿਪੀਟ ਕਰ ਰਿਹਾ ਮੈਂ ਰਾਜੇ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਯਾਦ ਰੱਖਿਓ ਕਿ ਸਾਰੇ ਕੁਐਸਚਨ ਦੇਖੋ ਨੈਕਸਟ ਕੁਐਸਚਨ ਹੈ 2010 ਰਾਸ਼ਟਰੀ ਮਨਖੇਡਾ ਦੇ ਵਿੱਚ ਪਾਰ ਦੇ ਕਿੰਨੇ ਤਾਮਗ ਜਿੱਤੇ 101 ਮੈਡਲ ਕੋਈ ਜ਼ਰੂਰੀ ਨਹੀਂ ਹੈ ਬਸ ਮੈਂ ਤੁਹਾਨੂੰ 2018 ਦੇ ਵਿੱਚ ਰਸਟ ਮੰਡਲ ਖੇਡਾਂ ਕਿਸ ਦੇਸ਼ ਸ਼ਹਿਰ ਵਿੱਚ ਹੋਈਆਂ ਸੀ ਦੇਖੋ ਹੁਣ 2022 ਦੇ ਵਿੱਚ ਹੋਈਆਂ ਨੇ ਕਿਉਂਕਿ 4 ਸਾਲ ਦੇ ਅੰਤਰਾਲ ਦੇ ਵਿੱਚ ਹੁੰਦੀਆਂ ਨੇ ਖੇਡਾਂ ਰਾਏ ਠੀਕ ਹੈ 2018 ਦੇ ਵਿੱਚ ਹੋਈ ਸੀ ਆਸਟ੍ਰੇਲੀਆ ਦੇ ਗੋਲਡ ਕੋਸਟ ਦੇ ਵਿੱਚ ਠੀਕ ਹੈ ਹੁਣ 2022 ਦੇ ਵਿੱਚ ਹੋਈਆਂ ਨੇ 4 ਸਾਲ ਦੇ ਅੰਤਰਾਲ ਦੇ ਵਿੱਚ ਹੋਈਆਂ ਨੇ ਠੀਕ ਹੈ ਤਾਂ ਪਿਛਲੇ ਵੀ ਯਾਦ ਰੱਖਿਓ ਕਈ ਵਾਰ ਪਿਛਲੇ ਪੁੱਛਿਆ ਜਾਵੇ ਤਾਂ ਆਸਟ੍ਰੇਲੀਆ ਗੋਲਡ ਕੋਸਟ ਦੇ ਵਿੱਚ ਹੋਈਆਂ ਸੀ ਠੀਕ ਹੈ ਜੀ ਤੇ ਪੁੱਛਿਆ ਜਾਵੇ ਅਗੇ ਨੈਕਸਟ ਕੁਐਸਚਨ 2018 ਰਸਟ ਮੰਡਲ ਖੇਡਾਂ ਦੇ ਵਿੱਚ ਤਾਮਗੀ ਸੂਚੀ ਵਿੱਚ ਭਾਰਤ ਦਾ ਦਰਜਾ ਕੀ ਸੀ ਉਸ ਸਮੇਂ ਠੀਕ ਹੈ ਸੋ ਇਸ ਵਾਰ ਕਿਹੜੇ ਸਥਾਨ ਤੇ ਆਇਆ ਇਸ ਵਾਰ 4ਵਾਂ ਸਥਾਨ ਤੇ ਹੈ 2022 ਦੇ ਵਿੱਚ ਆਪਾਂ ਸਾਰੇ ਡਿਸਕਸ ਕਰਾਂਗੇ ਮੈਂ ਪਹਿਲੇ ਤੁਹਾਨੂੰ ਦੱਸ ਰਿਹਾ ਵੀ ਤਰ ਚਲੋ ਅੱਗੇ ਵੀ ਤੁਹਾਨੂੰ ਯਾਦ ਰਹੇਗਾ ਤਾਂ ਦੇਖੋ 2018 ਦੇ ਵਿੱਚ ਤੀਜੇ ਸਥਾਨ ਤੇ ਸੀ ਇਹ ਵੀ ਤੁਹਾਨੂੰ ਆਸਾਨ ਹੈ ਬਿਲਕੁਲ ਯਾਦ ਰੱਖਣਾ ਕਿਉਂਕਿ ਪਿੱਛੇ ਕੱਲ ਕਰੇ 18 ਦੀ ਗੱਲ ਕਰੀਏ ਤਾਂ ਤੀਜੇ ਸਥਾਨ ਤੇ ਜੇਕਰ 2022 ਤੇ ਆਈਏ ਤਾਂ ਚੌਥੇ ਸਥਾਨ ਤੇ ਠੀਕ ਹੈ ਬਿਲਕੁਲ ਆਸਾਨ ਹੋ ਜਾ ਤੁਹਾਨੂੰ ਯਾਦ ਰੱਖਣਾ ਇਹ ਇਹ ਦਰਜਾ ਪੁੱਛਿਆ ਗਿਆ ਪਾਰਦ ਦਾ ਨੈਕਸਟ ਗੱਲ ਹੈ ਜੇ ਆਪਣੇ ਕੋਲ ਪਾਰ ਦੇ ਕਿੰਨੇ ਖੜੇ ਨੇ 2018 ਦੀ ਅਕਾਊਂਟ ਵਲਤ ਖ ਚਾਰ ਤੋਂ ਚਾਲ ਕੁਐਸਚਨ ਇਹ ਤਾਂ ਨੈਕਸਟ ਕੁਐਸਚਨ ਆਪਣੇ ਕੋਲ ਰਾਸ਼ਟਰੀ ਮੁੰਡਰ ਖੇਡਾਂ 2022 ਕਿੱਥੇ ਜੁੜਿਤ ਕੀਤੀਆਂ ਗਈਆਂ ਹਨ ਦੇਖੋ ਇੱਥੋਂ ਆਪਣੀ ਹੈਗੀ ਕਰੰਟ ਦੇ ਕੁਐਸਚਨ ਜੋ ਹੁਣ ਆਪਾਂ ਨੇ 2022 ਦੇ ਵਿੱਚ ਗੇਮਾਂ ਹੋ ਗਈਆਂ ਆ ਟੀਆਂ ਨੇ ਸੋ ਇੱਥੇ ਕਰੰਟ ਦੇ ਕੁਐਸਚਨ ਬਣ ਗਏ ਤਾਂ ਰਾਸ਼ਟਰੀ ਮੁੰਡਰ ਖੇਡਾਂ ਜਿਹਦੇ ਲਈ 2022 ਦੀਆਂ ਰਾਜੇ ਉਹ ਤੁਹਾਨੂੰ ਪਤਾ ਹੀ ਹੈ ਬਰਮਿੰਗਮ ਇੰਗਲੈਂਡ ਦੇ ਵਿੱਚ ਹੋਈਆਂ ਨੇ ਠੀਕ ਹੈ ਯਾਦ ਰੱਖਣਾ ਇਸ ਨੂੰ ਰਾਸ਼ਟਰੀ ਮੁੰਡਰ ਖੇਡਾਂ 2022 ਦਾ ਮਨੋਰਥ ਕੀ ਹੈ ਜਨਨ ਕੀ ਮੋਟੋ ਮੋਟੋ ਪੁੱਛਿਆ ਗਿਆ ਇਸ ਦਾ ਤਾਂ ਇਹਦਾ ਮੋਟੋ ਰੱਖ ਲਿਜੀਏ ਖੇਡਾਂ ਸਾਰੇ ਦੇ ਲਈ ਜਨਨ ਕੀ ਸਪ sports for everyone sports for all so is the motto rakhe gaye theek hai next question current da ban sakda hai is de vich rashtra mandal khedan 2022 de vich par di hockey team di agwai kon kar rya hai hockey team di agwai kisne kiti si manpreet singh ne jo kaptan si reji theek hai hockey team di agwai kiti si rashtra mandal khedan de vich manpreet singh ne next question par de khed ate yuva mamle de mantri kon ne is time current de vich sukeendri mantri shri anurag thakur ne reji ਜੋ ਕਿ ਪਾਰਦੇ ਖੇਡ ਤੇ ਯੁਵਾ ਮਾਮਲੇ ਦੇ ਮੰਤਰੀ ਨੇ ਠੀਕ ਹੈ ਸੋ ਯਾਦ ਰੱਖਿਓ ਇਹਨਾਂ ਨੂੰ ਸ਼੍ਰੀ ਅਨੁਰਾਗ ਠਾਕੁਰ ਜੀ ਨੈਕਸਟ ਕੁਐਸਚਨ ਰਾਸ਼ਟਰੀ ਖੇਡਾਂ 2022 ਦੇ ਵਿੱਚ ਔਰਤਾਂ ਲਈ ਨਵਾਂ ਕੀ ਹੈ ਕਿਉਂਕਿ ਖੇਡ ਕੀਤੀ ਗਈ ਹੈ ਮਹਿਲਾ T20 ਕ੍ਰਿਕਟ ਜੋ ਇਸਦੇ ਵਿੱਚ ਸ਼ਾਮਲ ਕੀਤੀ ਗਈ ਹੈ ਔਰਤਾਂ ਦੇ ਲਈ ਠੀਕ ਹੈ ਯਾਦ ਰੱਖਿਓ ਇਹ ਪੁੱਛਿਆ ਜਾ ਸਕਦਾ ਕਿਉਂਕਿ ਨਵਾਂ राजे ਇਹ ਖੇਡ ਨਵੀਂ ਸ਼ਾਮਲ ਕੀਤੀ ਗਈ ਹੈ ਮਹਿਲਾ T20 ਕ੍ਰਿਕਟ ਜੋ ਇਸਦੇ ਵਿੱਚ ਸ਼ਾਮਲ ਕੀਤੀ ਗਈ ਹੈ ਠੀਕ ਹੈ ਯਾਦ ਰੱਖਿਓ ਮਹਿਲਾ T20 ਕ੍ਰਿਕਟ ਕਿਉਂਕਿ ਔਰਤਾਂ ਨੇ ਇਸਦੇ ਵਿੱਚ ਸ਼ਾਮਲ ਕੀਤੀ ਗਈ ਹੈ ਠੀਕ ਹੈ ਜੀ ਇੰਪੋਰਟੈਂਟ ਹੈ ਤਾਂ ਯਾਦ ਰੱਖਣਾ ਇਸ ਨੂੰ ਰਾਸ਼ਟਰੀ ਖੇਡਾਂ 2022 ਦੇ ਵਿੱਚ ਭਾਰਤ ਨੇ ਕਿੰਨੇ ਤਮਗ ਜਿੱਤੇ ਨੇ 61 ਮੈਡਲ ਇਸ ਦੇ ਵਿੱਚ ਜਿੱਤੇ ਨੇ ਰਾਜੀ ਤਾਂ ਇਸ ਦੇ ਵਿੱਚ ਕਾਟ ਕਿਹੜੇ-ਕਿਹੜੇ ਦੇਖੋ 22 ਦੇ ਵਿੱਚ ਸੋਨ ਤਮਗ ਜਿੱਤੇ ਨੇ 16 ਚਾਂਦੀ ਦੇ ਤੇ 23 ਕਾਂਸੀ ਦੇ ਠੀਕ ਹੈ ਬਸ ਟੋਟਲ ਯਾਦ ਰੱਖ ਲਿਓ ਇਸ ਵਾਰ ਜਿਤਨੇ ਕਾਟ 61 ਮੈਡਲ ਜਿਤਨੇ ਰਾਸ਼ਟਰੀ ਖੇਡਾਂ ਦੇ ਵਿੱਚ 2022 ਦੇ ਵਿੱਚ 22 ਸੋਨੇ ਦੇ 16 ਚਾਂਦੀ ਦੇ ਤੇ 23 ਕਾਂਸੀ ਦੇ ਸੋ ਨੈਕਸਟ ਗੱਲ ਕਰੀਏ ਆਪਾਂ ਇੱਕ ਕਰ ਦੇਖੋ ਰਾਸ਼ਟਰੀ ਮੁੰਡਲ ਖੇਡਾਂ 2022 ਦੇ ਵਿੱਚ ਭਾਰਤ ਨੇ ਕਿੰਨੇ ਸੋਨ ਤਮਗ ਜਿੱਤੇ ਨੇ ਆਪਾਂ ਹੁਣੀ ਉੱਪਰ ਡਿਸਕਸ ਕਰਕੇ ਹਟਿਆ ਤਾਂ 22 ਸੋਨ ਤਮਗ ਜਿੱਤੇ ਨੇ ਕਿਉਂਕਿ ਅਲੱਗ-ਅਲੱਗ ਪੁੱਛਿਆ ਜਾਵੇ ਤਾਂ ਤੁਸੀਂ ਇਸ ਤਰ੍ਹਾਂ ਵੀ ਤੁਸੀਂ ਯਾਦ ਰੱਖਿਓ ਸੋ 22 ਤੋਨ ਤਮਗੇ ਦੇਖੋ ਉਹ ਰਾਸ਼ਟਰੀ ਮੁੰਡਲ ਖੇਡਾਂ ਦੇ ਵਿੱਚ ਕ੍ਰਿਕਟ ਅਤੇ ਹਾਕੀ ਨੂੰ ਕਿਸ ਸਾਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਕ੍ਰਿਕਟ ਅਤੇ ਹਾਕੀ ਨੂੰ ਰਾਸ਼ਟਰੀ ਮੁੰਡਲ ਖੇਡਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਰਾਜੀ ਸਾਲ 1998 ਦੇ ਵਿੱਚ ਠੀਕ ਹੈ ਤਾਂ ਇਸ ਨੂੰ ਯਾਦ ਰੱਖਣਾ ਨੈਕਸਟ ਆਪਾਂ ਗੱਲ ਕਰਦੇ ਹਾਂ ਰਾਸ਼ਟਰੀ ਮੁੰਡਲ ਖੇਡਾਂ ਸੀ ਜਿਹੜੀਆਂ 22 ਦੇ ਵਿੱਚ ਭਾਰਤ ਨੇ ਕਿੰਨੇ ਚਾਂਦੀ ਤਾਮਗੇ ਦਿੱਤੇ ਨੇ ਚਾਂਦੀ ਦੇ 16 ਤਾਮਗੇ ਦਿੱਤੇ ਨੇ ਠੀਕ ਹੈ ਤੇ ਕਾਂਸੀ ਦੇ 23 ਤਾਮਗੇ ਦਿੱਤੇ ਨੇ ਅਸਾਗਲਾ ਕੁਐਸਚਨ ਇਹੇ ਸੇਮ ਹੀ ਹੈ ਤਾਂ ਤਾਂ ਯਾਦ ਰੱਖਿਓ ਟੋਟਲ ਸੀ ਆਪਣੇ ਕੋਲ 61 ਠੀਕ ਹੈ 22 ਸੋਨੇ ਦੇ 16 ਚਾਂਦੀ ਦੇ ਤੇ 23 ਕਾਂਸੀ ਦੇ ਠੀਕ ਹੈ ਜੀ ਯਾਦ ਰਹਿ ਜਾਊਗਾ ਯਾਦ ਰੱਖਿਓ ਇਸ ਨੂੰ ਨੈਕਸਟ ਕੁਐਸਚਨ ਆਪਣੇ ਕੋਲ ਰਾਸ਼ਟ੍ਰ ਮੰਡਲ ਖੇਡਣ ਦਾ ਪਹਿਲਾ ਸਖਤਰ ਜਨਰਲ ਕੌਣ ਸੀ ਸਖਤਰ ਜਨਰਲ ਸੀ ਅਰਨੋਲਡ ਸਮਿਥ ਠੀਕ ਹੈ 1960 ਤੋਂ 1979 ਤੱਕ ਰਸ਼ਟ ਮੀਟਰ ਖੇਡ ਦਾ ਨਾਮ ਕੀ ਸੀ ਇਹ ਨਾਂਬਲਦੇ ਰਹੇ ਨੇ ਰਾਜੇ ਚੇਂਜ ਹੁੰਦੇ ਗਏ ਨੇ ਕਿਉਂਕਿ ਜੋ ਕਿ ਇਸ ਦੇ ਵਿੱਚ ਉਹ ਖੇਡਾਂ ਨੇ ਜਿਹੜੇ ਜੋ ਉਸ ਸਮੇਂ ਦੇ ਬ੍ਰਿਟਿਸ਼ ਰਾਜ ਦੇ ਸਮੇਂ ਕੁਝ ਹੋਰ ਕਿਹਾ ਜਾਂਦਾ ਸੀ ਸੋ ਅੱਗੇ ਕੇ ਸਮਾਂ ਬਦਲਦਾ ਗਿਆ ਉਸ ਨੂੰ ਨਾਮ ਹੋਰ ਹੋਰ ਪੈਂਦਾ ਗਿਆ ਇਸ ਦਾ ਤਾਂ 1960 ਤੋਂ 1900 ਜੋ ਪੁੱਛਿਆ ਗਿਆ 74 ਤੱਕ ਦਾ ਤਾਂ ਰਸ਼ਟ ਮੀਟਰ ਖੇਡ ਦਾ ਨਾਮ ਸੀ ਬ੍ਰਿਟਿਸ਼ ਕਾਉਨਵੈਲਥ ਖੇਡਾਂ ਠੀਕ ਹੈ ਇਸ ਤਰ੍ਹਾਂ ਅਲਗ-ਅਲਗ ਸਮੇਂ ਦੇ ਵਿੱਚ ਪੁੱਛ ਦੱਸਿਆ ਗਿਆ ਮੈਂ ਸਾਰੇ ਨੋਟ ਕੀਤੇ ਨੇ ਮੌਜੂਦਾ ਸਮੇਂ ਦੇ ਵਿੱਚ ਰਾਸ਼ਟ੍ਰਮੰਡ ਖੇਡਾਂ ਦਾ ਸਖਤਰ ਜਨਨਕਾ ਕੌਣ ਹੈ ਮੌਜੂਦਾ ਸਮੇਂ ਦੇ ਵਿੱਚ ਪੁੱਛਿਆ ਗਿਆ ਜਨਨਕ ਸਖਤਰ ਸੋ ਬੈਰੋਨੈਸ ਪੈਟ੍ਰੀਸ਼ੀਆ ਠੀਕ ਹੈ ਜੀ ਸੋ ਇਹਨਾਂ ਦਾ ਨਾਮ ਯਾਦ ਰੱਖਣਾ ਹੈ ਬੈਰੋਨੈਸ ਪੈਟ੍ਰੀਸ਼ੀਆ ਰਾਸ਼ਟ੍ਰਮੰਡ ਖੇਡਾਂ ਦੇ ਵਿੱਚ ਕਵਿੰਜ਼ ਵੈਟਰਨ ਰਿਲੇ ਕਦੋਂ ਸ਼ੁਰੂ ਹੋਇਆ ਕਵਿੰਜ਼ ਜੋ ਕਵਿੰਜ਼ ਵੈਟਰਨ ਰਿਲੇ ਹੈ ਰਿਲੇ ਰਜੇ 1958 ਤੋਂ ਸਟਾਰਟ ਹੋਇਆ ਹੈ ਠੀਕ ਹੈ ਜੀ ਨੈਕਸਟ ਆਪਣੇ ਕੋਲ 1930 ਤੋਂ 1950 ਤੱਕ ਰਾਸ਼ਟ੍ਰਮੰਡ ਖੇਡਾਂ ਦਾ ਨਾਮ ਕੀ ਸੀ ਬ੍ਰਿਟਿਸ਼ ਸਾਮਰਾਜ ਖੇਡਾਂ ਸੀ ਉਸ ਸਮੇਂ ਤੇ 1954 ਤੋਂ 1962 ਤੱਕ ਰਾਸ਼ਟਰੀ ਮੰਡਲ ਖੇਡਾਂ ਦਾ ਨਾਮ ਕੀ ਸੀ ਬ੍ਰਿਟਿਸ਼ ਸਾਮਰਾਜ ਅਤੇ ਰਾਸ਼ਟਰੀ ਮੰਡਲ ਖੇਡਾਂ ਠੀਕ ਹੈ ਇਹ ਕੁਐਸਚਨ ਜਿਆਦਾ ਨਹੀਂ ਪੁਆਇੰਟ ਨਹੀਂ ਹੈ ਬਸ ਮੈਂ ਨੋਟ ਕਰਤੇ ਰਹਿ ਜੀ ਠੀਕ ਹੈ ਇਹਨਾਂ ਦੇ ਵਿੱਚ ਨਹੀਂ ਪੁੱਛਿਆ ਜਾਂਦਾ ਹੁੰਦਾ ਬਸ ਮੈਂ ਉਹਨੂੰ ਨੋਟ ਕਰਤੇ ਮੈਂ ਚੱਲ ਵੀ ਜੀ ਕੇ ਤੌਰ ਤੇ ਵੀ ਕੁਐਸਚਨ ਬਾਹਰ ਨਾ ਰਹਿ ਜੇ ਆਪਣੇ ਕੋਲ ਠੀਕ ਹੈ ਵੀ ਆਪਾਂ ਸਾਰੇ ਕਵਰ ਕਰ ਲਈਏ ਮੈਂ ਤਾਂ ਕਰਕੇ ਵਿੱਚ ਲਿਖ ਦਿੱਤੇ ਨੇ ਸਾਰੇ ਨੈਕਸਟ ਰਾ ਜੇ ਆਪਾਂ ਐਮਸੀਕਿਊ ਦੇ ਵਿੱਚ ਕੁਐਸਚਨ ਡਿਸਕਸ ਕਰਦੇ ਆ ਕਿਉਂਕਿ ਐਮਸੀਕਿਊ ਵਿੱਚ ਤੁਹਾਨੂੰ ਇਸ ਤਰ੍ਹਾਂ ਕੁਐਸਚਨ ਪ ਤਾਂ ਫਰਸਟ ਕੁਐਸਚਨ ਦੇਖੋ ਮੁਰਲੀ ਸ਼੍ਰੀਸ਼ੰਕਰ ਨੇ ਕਿਸ ਖੇਡ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਹੈ ਦੇਖੋ 3000 ਕੁਐਸਚਨ ਬਣਗੇ ਮੁਰਲੀ ਸ਼੍ਰੀਸ਼ੰਕਰ ਨੇ ਜਿਹੜੇ ਠੀਕ ਹੈ ਖੇਡ ਪੁੱਛੀ ਗਈ ਪਹਿਲਾਂ ਤਾਂ ਉਹਦੀ ਸਿਲਵਰ ਮੈਡਲ ਇਹਨਾਂ ਜਿੱਤਿਆ ਤਾਂ ਖੇਡ ਹੈ ਰਜੇ ਨਦੀ ਥਲੇਟਿਕਸ ਠੀਕ ਹੈ ਜੀ ਥਲੇਟਿਕਸ ਦੇ ਵਿੱਚ ਇਹਨਾਂ ਨੇ ਸੋਨ 골ਡ ਮੈਡਲ ਜਿੱਤਿਆ ਲੰਬੀ ਛਾਲ ਦੇ ਵਿੱਚ ਜਿੱਤਿਆ ਜਾਨਿ ਕਿ ਉਹ ਤੁਹਾਨੂੰ ਆਪਾਂ ਜਾਣਕਾਰੀ ਦੇ ਵਿੱਚ नीचे ਦੱਸਦੇ ਹਾਂ ਤਾਂ ਯਾਦ ਰੱਖਿਓ ਕਿਹੜਾ ਖਿਡਾਰੀ ਕਿਸ ਖੇਡ ਨਾਲ ਸੰਬੰਧਿਤ ਹੈ ਕਿਹੜਾ 골ਡ ਮੈਡਲ ਜਿੱਤਿਆ ਹੈ ਠੀਕ ਹੈ ਜੀ ਕਿਸ ਖੇਡ ਨਾਲ ਸੰਬੰਧਿਤ ਹੈ ਤਾਂ ਸ਼ਰ ਯਾਦ ਤਾਂ ਇਸ ਤਰ੍ਹਾਂ ਹੋਰ ਆਪਾਂ ਪੁਆਇੰਟ نیچے ਦੇਖ ਲੈਣਾ ਦੇਖੋ ਇਸ ਦੇ ਵਿੱਚ ਜਾਣਕਾਰੀ ਲਿਖੀ ਆਪਾਂ ਨੂੰ نیچے ਦੇਖੋ ਮੁਰਲੀ ਸ਼ਿਸ਼ ਸ਼ੰਕਰ ਨੇ ਰਾਸ਼ਟਰੀ ਖੇਡਾਂ 2022 ਦੇ ਵਿੱਚ ਭਾਰਤ ਨੂੰ ਐਥਲੈਟਿਕ ਦੇ ਵਿੱਚ ਆਪਣਾ ਦੂਜਾ ਤਮਗਾ ਦਿਵਾਉਣ ਲਈ ਪੋਰਸ਼ਨ ਦੀ ਲੰਮੀ ਛਾਲ ਦੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਜੀ ਠੀਕ ਹੈ ਯਾਦ ਰੱਖਿਓ ਇਸ ਨੂੰ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਦੇਖੋ ਨੈਕਸਟ ਕੁਐਸਚਨ ਰਾਸ਼ਟਰੀ ਖੇਡਾਂ 2022 ਦੇ ਵਿੱਚ ਤਮਗਾ ਸੂਚੀ ਦੇ ਵਿੱਚ ਕਿਹੜਾ ਦੇ ਸਭ ਤੋਂ ਅੱਗੇ ਹੈ ਤਾਂ ਅਜੇ ਆਸਟ੍ਰੇਲੀਆ ਹੈ ਜਿਸ ਨੇ ਕੁੱਲ ਚਮੈਲ ਜਿੰਨੇ 178 ਠੀਕ ਹੈ ਜੀ ਤੇ ਬਾਕੀ ਤੁਹਾਨੂੰ ਸੂਚੀ ਵੀ ਦਿਖਾ ਦਿੰਨਾ 178 ਮੈਡਲ ਜਿਹੜੇ ਕਿ ਟੌਪ ਤੇ ਰਹੇ ਨੇ ਆਸਟ੍ਰੇਲੀਆ ਠੀਕ ਹੈ ਆਪਾਂ ਸਾਰੇ ਦੇਖ ਲੈਣੇ ਆ ਸੂਚੀ ਉਹਨਾਂ ਦੀ ਤਾਂ ਦੇਖੋ ਰਾਜੇ ਇਹ ਟੌਪ ਦੇ 10 ਟੀਮਸ ਇਸ ਵਿੱਤੀਆਂ ਨੇ ਕਾਮਨਵੈਲਥ ਗੇਮ 2022 ਦੀਆਂ ਟੌਪ 10 ਟੀਮਸ ਠੀਕ ਹੈ ਜੀ ਫਸਟ ਨੰਬਰ ਤੇ ਹੈ ਆਸਟ੍ਰੇਲੀਆ ਜਿਸ ਦੇ ਵਿੱਚ ਟੋਟਲ ਦਿੱਤੇ ਨੇ ਰਾਜੇ 178 ਮੈਡਲ ਦਿੱਤੇ ਨੇ ਨੇ ਸੈਕੰਡ ਨੰਬਰ ਤੇ ਹੈ ਇੰਗਲੈਂਡ ਇਹਨਾਂ ਨੇ 176 ਜਿੱਤੇ ਨੇ ਥਰਡ ਨੰਬਰ ਤੇ ਹੈ ਕੈਨੇਡਾ ਜਿਨ੍ਹਾਂ ਨੇ ਕਿ 92 ਜਿੱਤੇ ਨੇ ਫੋਰਥ ਨੰਬਰ ਤੇ ਹੈ ਆਪਣਾ ਇੰਡੀਆ ਭਾਰਤ ਜਿੜ ਕੀ 61 ਮੈਡਲ ਜਿੱਤੇ ਨੇ ਨਹੀਂ ਤਾਂ ਫਿਰ ਆਪਣਾ ਪਹਿਲਾ ਤਾਂ ਯਾਦ ਰੱਖਣੀ ਰੱਖਣਾ ਆਪਣੀ ਠੀਕ ਹੈ ਜੀ ਆਸਟ੍ਰੇਲੀਆ ਜੋ ਕਿ ਟਾਪ 3 ਹੈ ਸਭ ਤੋਂ ਉੱਪਰ ਤੇ ਚੌਥੇ ਨੰਬਰ ਤੇ ਇੰਡੀਆ ਇਹ ਤੁਹਾਨੂੰ ਤਾਂ ਲਾਜ਼ਮੀ ਯਾਦ ਰੱਖਣੇ ਨੇ ਆਪਾਂ ਨੇ ਠੀਕ ਹੈ ਤੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਹੈ ਰਾਸ਼ਟਰੀ ਖੇਡਾਂ ਦਾ ਮੋਢੀ ਕੌਣ ਹੈ ਸੋ ਜੋ ਕੌਨ ਵੈਲਟ ਗੇਮਸ ਨੇ ਰਾਸ਼ਟਰੀ ਖੇਡਾਂ ਨੇ ਸੋ ਇਹਨਾਂ ਦੇ ਮੋਢੀ ਨੇ ਕੁਐਸਚਨ ਪੁੱਛਿਆ ਜਾਵੇ ਬੇਸਿਕ ਤਾਂ ਮੇਲਵਿਲ ਮਾਰਕਸ ਰੋਬਿੰਸਨ ਠੀਕ ਹੈ ਜੀ ਸੋ ਬੀ ਆਪਸ਼ਨ ਇਸ ਦੇ ਵਿੱਚੋਂ ਰਾਈਟ ਆਨਸਰ ਹੈ ਤੇ ਨੈਕਸਟ ਕੁਐਸਚਨ ਦੇਖਦੇ ਆਪਾਂ ਦੇਖੋ ਰਾਸ਼ਟ ਮੇਡਲ ਖੇਡਾਂ 2022 ਦੇ ਵਿੱਚ ਪਾਰ ਦੇ ਚਿੰਡਾਤਰ ਕੌਣ ਸੀ ਜੋ ਸ਼ੁਰੂਆਤੀ ਇਸ ਟਾਈਮ ਦੇ ਸਮੇਂ ਚੁਣਨ ਦਾ ਲੈ ਕੇ ਸੋ ਮੈਦਾਨ ਦੇ ਵਿੱਚੋਂ ਦਿਨ ਰਜੇ ਠੀਕ ਹੈ ਜੀ ਪ੍ਰਦਰਸ਼ਨੀ ਤੌਰ ਤੇ ਤਾਂ ਇਸ ਦੇ ਵਿੱਚ ਨਾਮਿਤ ਕੀਤੇ ਗਏ ਸੀ ਪੀਬੀ ਸਿੱਧੂ ਤੇ ਮਨਪ੍ਰੀਤ ਸਿੰਘ ਸੋ ਬੀ ਆਪਸ਼ਨ ਇਸ ਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ ਜੀ ਯਾਦ ਰੱਖਣਾ ਪੀਬੀ ਸਿੱਧੂ ਤੇ ਮਨਪ੍ਰੀਤ ਸਿੱਧੂ ਆ ਮਨਪ੍ਰੀਤ ਸਿੰਘ ਠੀਕ ਹੈ ਪਹਿਲਾ ਰਜੇ ਇਹਨਾਂ ਦਾ ਨਾਮ ਕੀਤਾ ਗਿਆ ਸੀ ਲਵਲੀਨਾ ਬੁਰਗਹਨ ਤੇ ਜੋ ਬੈਟ ਲਿਫਟਿੰਗ ਨੇ ਮੀਰਾबाई ਚਾਨੂ ਸੋਨਨੂ ਨਾਮਿਤ ਕੀਤਾ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਫਿਰ ਇਹਨਾਂ ਦਾ ਨਾਮ ਬਦਲ ਕੇ ਸੋ ਇਹਨਾਂ ਨੂੰ ਕੀਤਾ ਗਿਆ ਸੀ ਪੀ ਵੀ ਸਿੱਧੂ ਤੇ ਮਨਪ੍ਰੀਤ ਸਿੰਘ ਸੋ ਇਹਨਾਂ ਦਾ ਨਾਮ ਹੁਣ ਯਾਦ ਰੱਖਿਓ ਠੀਕ ਹੈ ਜੀ ਤੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਂ ਦੇਖੋ ਕਾਉਨ ਵੈਲਥ ਗੇਮਸ ਜੋ ਕਿ 2022 ਦੇ ਵਿੱਚ ਭਾਰਤ ਨੇ ਕਿੰਨੇ ਐਥਲੀਟ ਭਾਗ ਲੈ ਰਹੇ ਨੇ ਠੀਕ ਹੈ ਕਿੰਨੇ ਐਥਲੀਟਾਂ ਨੇ ਭਾਗ ਲਿਆ ਸੀ 215 ਐਥਲੀਟਾਂ ਨੇ ਭਾਗ ਲਿਆ ਸੀ ਤੇ ਇਸ ਦੇ ਵਿੱਚ 72 ਦੇਸ਼ ਸੀ ਰਾਜੀ ਠੀਕ ਹੈ 72 ਕੰਟਰੀਜ਼ ਤੇ 215 ਐਥਲੀਟਸ ਦੇ ਵਿੱਚ ਸ਼ਾਮਲ ਹੋਏ ਸੀ ਭਾਗ ਲੈਣ ਵਾਸਤੇ ਨੈਕਸਟ ਦੇਖੋ ਰਾਸ਼ਟਰੀ ਮੁੰਡਰ ਖੇਡਾਂ 2022 ਦਾ ਅਧਿਕਾਰਤ ਜੋ ਮਾਸਕਟ ਹੈ ਉਹ ਕੀ ਸੀ ਅਧਿਕਾਰਤ ਮਾਸਕਟ ਅਜੇ ਪੁੱਛਿਆ ਜਾ ਸਕਦਾ ਪੀਪਰ ਦੇ ਵਿੱਚ ਤਾਂ ਆਉ ਸੀ ਪੈਰੀ ਦੀ ਬੁੱਲ ਸੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਪੈਰੀ ਦੀ ਬੁੱਲ ਜੋ ਕਿ ਰਾਸ਼ਟਰੀ ਮੁੰਡਰ ਖੇਡਾਂ 2022 ਦਾ ਮਾਸਕਟ ਸੀ ਠੀਕ ਹੈ ਤੇ ਇਸ ਤੀਨਾ ਜਾਣਕਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਕਨਵੈਂਸਟ ਗੇਮਸ ਜੋ 2022 ਦਾ ਅਧਿਕਾਰਤ ਮਾਸਕਟ ਪੈਰੀ ਦੀ ਬੁੱਲ ਹੈ ਰਾਸ਼ਟਰੀ ਮੁੰਡਰ ਖੇਡਾਂ ਦੇ ਲਈ ਮਾਸਕਟ ਰੱਖਣ ਦੇ ਲਈ ਪ੍ਰਥਾ ਸਾਲ 1978 ਦੇ ਵਿੱਚ ਇਹ ਸ਼ੁਰੂ ਹੋਈ ਸੀ ਠੀਕ ਹੈ ਕਈ ਵਾਰ ਪਤਾ ਪੁੱਛਲੇ ਹੋਵੇ ਕੀ ਮਾਸਕਟ ਰੱਖਣ ਵਾਸਤੇ ਜਿਹੜੀ ਪ੍ਰਥਾ ਹੈ ਇੱਕਦੋਂ ਚੱਲ ਰਹੀ ਸੀ 1978 ਤੋਂ ਇਹ ਪ੍ਰਥਾ ਚਾਲੂ ਕੀਤੀ ਗਈ ਸੀ ਨੈਕਸਟ ਕੁਐਸਚਨ ਆਪਣੇ ਕੋਲ ਦੇਖੋ ਰਾਸ਼ਟਰੀ ਮੈਡਲ ਖੇਡਾਂ 2022 ਦੇ ਵਿੱਚ ਪਾਰ ਦਾ ਪਹਿਲਾ 골ਡ ਮੈਡਲ ਕਿਸ ਨੇ ਜਿੱਤਿਆ ਸੀ ਦੇਖੋ ਇੱਥੇ ਦੋ ਕੁਐਸਚਨ ਪੁੱਛੇ ਜਾਣਗੇ ਰਾਜੀ ਇੱਕ ਕੁਐਸਚਨ ਤੁਹਾਨੂੰ ਕਨਫਿਊਜ਼ ਕਰ ਸਕਦੇ ਨੇ ਪੇਪਰ ਦੇ ਵਿੱਚ ਸੋ ਕੁਐਸਚਨ ਧਿਆਨ ਨਾਲ ਸੁਣਿਆ ਦੇਖੋ ਰਾਸ਼ਟਰੀ ਮੈਡਲ ਖੇਡਾਂ ਦੇ ਵਿੱਚ ਜੇਕਰ ਗੱਲ ਕਰੇ ਪਹਿਲਾ 골ਡ ਮੈਡਲ ਦਾ ਠੀਕ ਹੈ ਪਹਿਲਾ 골ਡ ਮੈਡਲ ਜਿਸ ਨੇ ਦੁਆਇ ਸੀ ਉਹਨਾਂ ਦਾ ਨਾਮ ਹੈ ਮੀਰਾਬਾਈ ਚਾਨੂ ਸੀ ਆਪਸ਼ਨ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਪਹਿਲਾ ਗੋਲ ਮੈਚ ਜਿੱਤਣ ਵਾਲੇ ਰਾਸ਼ਟਰੀ ਮਿੰਟ ਖੇਡਾਂ ਦੇ ਵਿੱਚ ਸੋਨਾਂ ਦਾ ਨਾਮ ਹੈ ਮੀਰਾबाई ਚਾਨੂ ਤੇ ਸੈਕੰਡ ਕੁਐਸਚਨ ਹੈ ਜਿਹੜਾ ਦੇਖੋ ਇਹ ਤੁਹਾਨੂੰ ਕਨਫਿਊਜ਼ ਕਰ ਸਕਦਾ ਹੈ ਇਹ ਹੈ ਕੁਐਸਚਨ ਰਾਸ਼ਟਰੀ ਮਿੰਟ ਖੇਡਾਂ 2022 ਦੇ ਵਿੱਚ ਕਿਸ ਭਾਰਤੀ ਐਥਲੀਟ ਨੇ ਪਹਿਲਾ ਤਮਗਾ ਜਿੱਤਿਆ ਸੀ ਸੋ ਇੱਥੇ ਸਿਰਫ ਜਦੋਂ ਭਾਗ ਲਿਆ ਸੀ ਮਤਲਬ ਕਿ ਪਹਿਲਾ ਤਮਗਾ ਆਇਆ ਸੀ ਆਪਣੇ ਭਾਰਤ ਦੇ ਲਈ ਉਹ ਗੱਲ ਕਰੀਏ ਕੱਲੇ ਸੋਨ ਤਮਗੇ ਦੀ ਸੋਨ ਤਮਗਾ ਪਹਿਲਾ ਆਇਆ ਸੀ ਸੋ ਮੀਰਾਬਾਈ ਚਾਨੂ ਜਿੱਤੇ ਸੀ ਲੇਕਿਨ ਕੱਲਾ ਇੱਥੇ ਪੁੱਛਿਆ ਗਿਆ ਸੋ ਪਹਿਲਾ ਤਮਗਾ ਕਿਸ ਨੇ ਜਿੱਤੇ ਸਿਰਫ ਠੀਕ ਹੈ ਪਹਿਲਾ ਤਮਗਾ ਜਿੱ ਏ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਤੇ ਆਪਸ਼ਨ ਦੇ ਵਿੱਚ ਆਪਣੇ ਕੋਲ ਮੀਰਾਬਾਈ ਚਾਨੂੰ ਨਹੀਂ ਹੈ ਨਹੀਂ ਤਾਂ ਤੁਹਾਨੂੰ ਉੱਥੇ ਪੇਪਰ ਦੇ ਵਿੱਚ ਭੁਲੇਖਾ ਪਵੇਗਾ ਯਾਦ ਰੱਖਿਓ ਜੇਕਰ ਕੱਲਾ ਪਹਿਲਾ ਪੁੱਛਿਆ ਜਾਵੇ ਤਾਂ ਸੰਕੇਤ ਮਹਾਦੇਵ ਸਰਗਰ ਕਿਉਂਕਿ ਕੁਐਸਚਨ ਹੈ ਪਹਿਲੀ ਵਾਰ ਜੇ ਇਹਨਾਂ ਨੇ ਜਿੱਤਿਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ 골ਡ ਮੈਲ ਜਿੱਤਿਆ ਸੀ ਮੀਰਾਬਾਈ ਚਾਨੂੰ ਨੇ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਦੋਨੋਂ ਯਾਦ ਰੱਖਿਓ ਇਹ ਨੈਕਸਟ ਕੁਐਸਚਨ ਆਪਣੇ ਕੋਲ ਦੇਖੋ ਕਾਉਨ ਵੈਲਥ ਤੁਯਰ 22 ਦੇ ਵਿੱਚ ਪਾਗ ਲੈਣ ਵਾਲੀ ਪਾਰ ਦੀ ਸਭ ਤੋਂ ਘੱਟ ਉਮਰ ਦੀ ਐਥਲੀਟ ਕੌਣ ਬਣ ਗਈ ਹੈ ਸਭ ਤੋਂ ਘੱਟ ਉਮਰ ਦੀ ਜੋ ਐਥਲੀਟ ਬਣ ਗਈ ਰਜੇ ਅਨਾਹਦ ਸਿੰਘ ਸੋ ਬੀ ਆਪਸ਼ਨ ਇਸ ਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਅਨਾਹਦ ਸਿੰਘ ਯਾਦ ਰੱਖਿਓ ਸਭ ਤੋਂ ਘੱਟ ਉਮਰ ਦੀ ਨਰਜੇ ਐਥਲੀਟ ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਤੇ ਨੈਕਸਟ ਕੁਐਸਚਨ ਆਪਣੇ ਕੋਲ ਦੇਖੋ ਰਜੇ ਇਹ ਮੈਂ ਸੂਚੀ ਤਿਆਰ ਕੀਤੀ ਹੈ ਰਜੇ ਜਿਹੜੀ ਕਿ ਕੌਨਵੈਲ 2022 ਦੇ ਵਿੱਚ ਜੋ ਸਵਰਨ ਪਦਕ ਜਾਨੀ ਕਿ ਸੋਨੇ ਦਾ ਪਦਕ ਜਿੱਤਣ ਵਾਲੇ ਖਿਡਾਰੀ ਨੇ ਠੀਕ ਹੈ ਸੋ ਉਹਨੇ ਹੀ ਸੂਚੀ ਦਿੱਤੀ ਕਿ ਇਹ ਸਾਰੇ ਹੀ ਤੁਸੀਂ ਇਹਨਾਂ ਨਾਮ ਨੂੰ ਪੜ ਲਿਓ ਕਿਉਂਕਿ ਤੁਹਾਨੂੰ ਪੀਡੀਐਫ ਐਸੇ ਸਾਰੀ ਸਾਰੀ ਆਪਾਂ ਟੈਲੀਗ੍ਰਾਮ ਦੇ ਉੱਪਰ ਸੈਂਡ ਕਰ ਦਾਂਗੇ ਜੀ ਠੀਕ ਹੈ ਤੇ ਟੈਲੀਗ੍ਰਾਮ ਦੇ ਉੱਪਰ ਤੁਸੀਂ ਡਾਊਨਲੋਡ ਕਰਕੇ ਇਸ ਨੂੰ ਆਰਾਮ ਦੇ ਨਾਲ ਪੜ ਲਿਓ ਠੀਕ ਹੈ ਕਿਉਂਕਿ ਮੈਂ ਹੁਣ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਤਾਂ ਤੁਹਾਨੂੰ ਟਾਈਮ ਖਾਸ ਲੱਗ ਜੀਗਾ ਨਾਲੇ ਹੁਣ ਇਕੁਆਲਾ ਤੁਹਾਨੂੰ ਜ਼ਿਆਦਾ ਨਹੀਂ ਹੋਣੇ ਸੋ ਕਿ ਕੋਈ ਪ੍ਰਾਈਮ ਮੈਡਲ ਨੇ ਇਹ ਪਾਈ ਦੇ ਵਿੱਚ ਤੁਸੀਂ ਸਾਰੇ ਯਾਦ ਰੱਖ ਲਿਓ ਹੁਣ ਪੀਡੀਐਫ ਦੇ ਵਿੱਚ ਰੁੱਝੇ ਰੁੱਝੇ ਪੜੋਗੇ ਤਾਂ ਤੁਹਾਨੂੰ ਯਾਦ ਹੋ ਜਾਣਗੇ ਆਰਾਮ ਦੇ ਨਾਲ ਠੀਕ ਹੈ ਜੀ ਤੇ ਨੀਚੇ ਤ ਆਈ ਹੋਪ ਤੁਹਾਨੂੰ ਲਗਭਗ ਸਾਰੇ ਕੁਐਸਚਨ ਜਿਸ ਦੇ ਵਿੱਚ ਜਾਦ ਹੋਗੇ ਹੋਣਗੇ ਠੀਕ ਹੈ ਮੇਨ ਮੇਨ ਜਿਹੜੇ ਇਸ ਦੇ ਵਿੱਚ ਹੋਣਗੇ ਰਾਜੀ ਉਹ ਯਾਦ ਕਰ ਲਿਓ ਜਿਵੇਂ ਬਜਰੰਗਪੁਨੀ ਹੋ ਗਿਆ ਸ਼ਾਕਸ਼ੀ ਮਾਲਕ ਹੋ ਗਿਆ ਇਸ ਤਰ੍ਹਾਂ ਦੀ ਕੁਝ ਹੋਰ ਇੰਪੋਰਟੰਟ ਹੋਣਗੇ ਉਹ ਤੁਸੀਂ ਦੇਖ ਲਿਓ ਸੋ 8 10 ਠੀਕ ਹੈ ਜਿਹਨੇ ਨੀ ਕਿ ਸੋਨਾ ਡਾਉਣ ਜਾਂਦਾ ਹੈ ਤੇ ਜਿਹੜੇ ਹੋਰ ਪਹਿਲਾਂ ਵੀ ਜਿਹੜਾ ਪਹਿਲਾਂ ਜਿਹੜੀ ਸ਼ੁਰੂ ਦੇ ਵਿੱਚ ਕਿੱਥੇ ਗੇਮਸ ਹੋਈਆਂ ਸੀ ਮਤਲਬ ਉਹ ਵੀ ਯਾਦ ਰੱਖਿਓ ਤੁਸੀਂ ਕੁਐਸਚਨ ਉਹ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਠੀਕ ਹੈ ਕੋਈ ਕੁਐਸਚਨ ਇਸ ਦੇ ਵਿੱਚ ਬਾਹਰੋਂ ਨਹੀਂ ਹੋਏਗਾ ਰਾਜੀ ਠੀਕ ਹੈ ਇਹ ਗਾਰੰਟੀ ਦਿੰਨੇ ਆਪਾਂ ਤੇ ਸੋ ਵੀਡੀਓ ਨੂੰ ਬਤ ਵਤ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ ਤਾਂ ਜੋ ਹੋਰ ਸਟੂਡੈਂਟਸ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਵੀ ਇਸ ਦਾ ਲਾਹਾ ਲੈ ਸਕਣ ਠੀਕ ਹੈ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਬਤ ਵਤ ਲਾਈਕ ਕਰ ਦਿਓ ਠੀਕ ਹੈ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਅਪਡੇਟ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰਕੇ ਨਾਲ ਵਾਲੇ ਵਾਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਸੋ ਮਿਲਦੇ ਆ ਨੈਕਸਟ ਟਾਈਮ ਨੈਕਸਟ ਵੀਡੀਓ ਵਿੱਚ ਤਦ ਲਈ ਓਕੇ ਥੈਂਕ ਯੂ ਥੈਂਕਸ ਫॉर ਵਾਚਿੰਗ